ਲੁਧਿਆਣਾ 'ਚ ਡੈਰੀ ਸੰਚਾਲਕਾਂ ਨੂੰ ਪ੍ਰਸ਼ਾਸਨ ਦੇ ਸਖ਼ਤ ਨਿਰਦੇਸ਼ ਜਾਰੀ ਹੋ ਗਏ ਨੇ। ਦਰਅਸਲ ਬੁੱਢਾ ਨਾਲਾ ਦੇ ਆਲੇ ਦੁਆਲੇ ਸਥਿਤ ਡੈਰੀ ਮਾਲਕਾਂ ਦੁਆਰਾ ਫੈਲਾਈ ਜਾ ਰਹੀ ਗੰਦਗੀ ਨੂੰ ਲੈ ਕੇ ਪ੍ਰਸ਼ਾਸਨ ਅਲਰਟ ਹੋ ਗਿਆ ਹੈ ਅਤੇ ਉਕਤ ਨਾਲੇ ਦੇ ਆਲੇ ਦੁਆਲੇ ਸਥਿਤ ਡੈਰੀ ਸੰਚਾਲਕਾਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਨੇ। ਪ੍ਰਸ਼ਾਸਨ ਨੇ ਆਪਣੇ ਆਦੇਸ਼ਾਂ 'ਚ ਕਿਹਾ ਹੈ ਕਿ ਨਾਲੇ ਦੇ ਆਸ ਪਾਸ ਬਿਨਾਂ NOC ਦੇ ਡੈਰੀ ਇਕਾਈਆਂ ਸੰਚਾਲਿਤ ਨਹੀਂ ਹੋਣਗੀਆਂ। ਦਰਅਸਲ ਪੰਜਾਬ 'ਚ ਬੁੱਢਾ ਨਾਲਾ ਦੀ ਸਫਾਈ ਲਈ ਚੱਲ ਰਹੇ ਪ੍ਰੋਜੈਕਟ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸਮੀਖਿਆ ਕੀਤੀ। ਬੈਠਕ ਦੌਰਾਨ DC ਸਾਹਨੀ ਨੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਦਰਿਆ ਦੀ ਮਾਰਕੀਟਿੰਗ ਪੂਰੀ ਕਰਨ ਤੋਂ ਬਾਅਦ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਅਤੇ ਨਾਲ ਹੀ ਨਾਲੇ ਦੇ ਆਲੇ ਦੁਆਲੇ ਸਥਿਤ ਡੈਰੀ ਸੰਚਾਲਕਾਂ ਨੂੰ ਵੀ ਉਕਤ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਨੇ। ਲੁਧਿਆਣਾ 'ਚ ਡੈਰੀ ਸੰਚਾਲਕਾਂ ਨੂੰ ਪ੍ਰਸ਼ਾਸਨ ਦੇ ਸਖ਼ਤ ਨਿਰਦੇਸ਼ ਜਾਰੀ ਹੋ ਗਏ ਨੇ। ਦਰਅਸਲ ਬੁੱਢਾ ਨਾਲਾ ਦੇ ਆਲੇ ਦੁਆਲੇ ਸਥਿਤ ਡੈਰੀ ਮਾਲਕਾਂ ਦੁਆਰਾ ਫੈਲਾਈ ਜਾ ਰਹੀ ਗੰਦਗੀ ਨੂੰ ਲੈ ਕੇ ਪ੍ਰਸ਼ਾਸਨ ਅਲਰਟ ਹੋ ਗਿਆ ਹੈ ਅਤੇ ਉਕਤ ਨਾਲੇ ਦੇ ਆਲੇ ਦੁਆਲੇ ਸਥਿਤ ਡੈਰੀ ਸੰਚਾਲਕਾਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਨੇ। ਪ੍ਰਸ਼ਾਸਨ ਨੇ ਆਪਣੇ ਆਦੇਸ਼ਾਂ 'ਚ ਕਿਹਾ ਹੈ ਕਿ ਨਾਲੇ ਦੇ ਆਸ ਪਾਸ ਬਿਨਾਂ NOC ਦੇ ਡੈਰੀ ਇਕਾਈਆਂ ਸੰਚਾਲਿਤ ਨਹੀਂ ਹੋਣਗੀਆਂ। ਦਰਅਸਲ ਪੰਜਾਬ 'ਚ ਬੁੱਢਾ ਨਾਲਾ ਦੀ ਸਫਾਈ ਲਈ ਚੱਲ ਰਹੇ ਪ੍ਰੋਜੈਕਟ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸਮੀਖਿਆ ਕੀਤੀ। ਬੈਠਕ ਦੌਰਾਨ DC ਸਾਹਨੀ ਨੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਦਰਿਆ ਦੀ ਮਾਰਕੀਟਿੰਗ ਪੂਰੀ ਕਰਨ ਤੋਂ ਬਾਅਦ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਅਤੇ ਨਾਲ ਹੀ ਨਾਲੇ ਦੇ ਆਲੇ ਦੁਆਲੇ ਸਥਿਤ ਡੈਰੀ ਸੰਚਾਲਕਾਂ ਨੂੰ ਵੀ ਉਕਤ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਨੇ।